ਤੇ ਟਰਪਲਿਆਂ ਵਾਲਾ ਮਨ ਉੜਦੀਆਂ ਧੂੜਾਂ ਭਿੜਦੇ ਬੱਬਰ ਸ਼ੇਰ ਆ ਬੱਲੇ 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 ਆ ਕਬੱਡੀ 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 ਆ ਚੱਕੇ ਯਾਮ ਤੇ ਕੰਡੇ ਵਾਂਗੂ ਤੋੜਤਾ ਆ ਯੂ ਐਸ ਏ ਦੀ ਟੀਮ ਦੇ ਵਾਸਤੇ ਤਗੜਾ ਜੱਫਾ ਲਾ ਗਿਆ ਹੁਸੈਨ ਗੁੱਜਰ ਉਂਗਲ ਖੜੀ ਕਰਦਾ ਲੱਕੀ ਤਤਲ ਪਿੰਡੀ ਆ ਪਹਿਲੀ ਰੇਡ ਪੰਮਾ ਮੈਸਮਪੁਰ ਦੀ ਧਰਤੀ ਦਾ ਮੇਰੇ ਵੀਰਿਓ ਅੱਜ ਦੇ ਕਬੱਡੀ ਕੱਪ ਦੀ ਫਾਈਨਲ ਦੀ ਪਹਿਲੀ ਰੇਡ ਪੈ ਗਈ ਸਾਹਮਣੇ ਚਾਰ ਜਾਫੀ ਚਾਰੇ ਬੁਰਜਾਂ ਵਰਗੇ ਲਟੈਣਾ ਵਰਗੇ ਆਓ ਦੇਖਾਂਗੇ ਚਾਰੇ ਉੱਚੇ ਬੁਰਜ ਲਾਹੌਰ ਦੇ ਇੱਕ ਪਾਸੇ ਗੋਪੀ ਹੈ ਅਵਾਨ ਪਿੰਡ ਵਾਲਾ ਪਰ ਪੰਮਾ ਮੈਸਮਪੁਰੀਆ ਨੰਬਰ ਜੋੜ ਗਿਆ ਪਹਿਲਾ ਡੇਢ ਅੰਕ ਜਿਹੜਾ ਸੰਤ ਬਾਬਾ ਹਜ਼ਾਰਾ ਸਿੰਘ ਕਬੱਡੀ ਕਲੱਬ ਯੂ ਐਸ ਏ ਵਾਸਤੇ ਅਗਲੀ ਰੇਡ ਸਿੰਮਾ ਚੱਲਿਆ ਸ਼ਮਸ਼ੇਰ ਉਹ ਸਿੰਮਾ ਚੱਲਿਆ ਕਹਿੰਦੇ ਫਾਈਨਲ ਦੀ ਦੂਜੀ ਕੌਡੀ ਪੌੜ ਆਪਣੇ ਹਿੱਸੇ ਦੀ ਪਹਿਲੀ ਕੌਡੀ ਪੌੜ ਦੇ ਲਈ ਆਓ ਸਾਹਮਣੇ ਕਹਿੰਦੇ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਇਹ ਆ ਸਿੰਮਾ ਬਾਂਗੋ ਹੋਣੀ ਆ ਸਿੰਮਿਆ ਪਾ ਕੌਡੀ ਦੂਜੇ ਪਾਸੇ ਚਾਰ ਤਿਆਰ ਬਰ ਤਿਆਰ ਕੌਣ ਜੱਫਾ ਲਾਵੇਗਾ ਕੌਣ ਰੋਕੇ ਕੌਣ ਡੱਕ ਪਾਵੇ ਆ ਸਾਹਮਣੇ ਕੌਣ ਹੈ ਮੈਨੂੰ ਲੱਗਦਾ ਖੇਡ ਦੇ ਮੈਦਾਨ ਦੇ ਵਿੱਚ ਬੱਲੇ 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 ਇਹ ਵਿੱਕੀ ਆ ਚਤੌੜ ਗੜੀਆ ਜੇ ਸਿੰਮੇ ਨੂੰ ਜੱਫਾ ਲਾ ਕੇ ਤਾਂ ਹੋ ਬੱਲੇ ਬੱਲੇ ਚਤੌੜ ਗੜੀਆ ਇਹ ਗੱਭਰੂ ਨੌਜਵਾਨ ਕਹਿੰਦੇ ਸਾਡੇ ਗੋਲਟੀ ਗਿੱਲ ਕਨੇਡਾ ਵਾਲੇ ਦਾ ਇਹ ਨੌਜਵਾਨ ਲਾਲੀ ਗਿੱਲ ਕਨੇਡਾ ਵਾਲੇ ਦਾ ਪੇਡੂ ਆ ਚੋਟੀ ਦਾ ਜੱਫਾ ਲਾ ਗਿਆ ਲਓ ਸਾਹਮਣੇ ਅਗਲੀ ਕਬੱਡੀ ਸੰਦੀਪ ਦਾਤਰ ਹੈ ਟਡਿਆਲੇ ਨਾਦੀ ਧਰਤੀ ਦਾ ਲੱਖਣ ਦਾ ਚੰਡਿਆ ਹੋਇਆ ਚੇਲਾ ਬਾਲਕਾ ਖੇਡ ਗਰਾਊਂਡ ਵਿੱਚ ਆਓ ਦੇਖਾਂਗੇ ਕਿਹਦੇ ਨਾਲ ਹੁੰਦਾ ਭੇਡ ਸਾਨਾ ਵਾਲਾ ਪਰ ਪੁਆਇੰਟ 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 ਸੁੱਕੇ ਸੋ ਪੁਆਇੰਟ ਜਾਫੀ ਦਾ ਪੁਆਇੰਟ ਜਾਫੀ ਦਾ ਜਾਫੀ ਦਾ ਸਾਡੇ ਕਿਹੜੀ ਅਫਗਾਨਾ ਵਾਲੇ ਵਾਸਤੇ ਬਲਕਰਨ ਸਿੰਘ ਜੀ ਸਾਡਾ ਵੀਰ ਸਾਬਾ ਕੈਨੇਡਾ ਵਾਲਾ ਉਹ ਸਾਹਮਣੇ ਵਾਸਤੇ ਮਾਣ ਭੇਜਦਾ ਕਿਹੜੀ ਅਫਗਾਨਾ ਵਾਲੇ ਵਾਸਤੇ ਉਹ ਕੋਈ ਸਪੇਅਰ ਪਲੇਅਰ ਆਵੇ ਉਹ ਪੈਸੇ ਲੈ ਜਾਵੇ ਵੀਰ ਜੀ ਬੇਨਤੀ ਹੈ ਆਹ ਕਬੱਡੀ ਕਹਿੰਦੇ ਖੇਡ ਮੈਦਾਨ ਦੇ ਵਿੱਚ ਸੋਨੇ ਤੇਰੀ ਜ਼ਿੰਮੇਵਾਰੀ ਆ ਆਹ ਚੱਲਿਆ ਭੰਗਵਾਂ ਵਾਲਾ ਬਿੱਲਾ ਗਵਾਂਢ ਪਿੰਡ ਕਹਿੰਦੇ ਇਹਦੇ ਭੋਮਾ ਤੇ ਜਿੱਥੋਂ ਦਾ ਕਹਿੰਦੇ ਧਰਮਿੰਦਰ ਢੋਲਾ ਯੂਰਪ ਦੇ ਮੈਦਾਨਾਂ ਦੇ ਵਿੱਚ ਛਾਇਆ ਹੈ ਉਸੇ ਗਵਾਂਢ ਪਿੰਡ ਭੋਮੇ ਦੇ ਕਹਿੰਦੇ ਭੰਗਵਾਂ ਤੇ ਭੰਗਵਾਂ ਪਿੰਡ ਦਾ ਕਹਿੰਦੇ ਬਿੱਲਾ ਰੇਡ ਪਾ ਲਿਆ ਤੇ ਫਤਿਹਗੜ੍ਹ ਚੂੜੀਆਂ ਵਾਲਾ ਹੁਸੈਨ ਗੁੱਜਰ ਇਹ ਮਨਵੀਰ ਆਕਾਸ਼ ਤੇ ਕਰਨ ਆਸਟ੍ਰੇਲੀਆ ਵਾਲੇ ਭਰਾਵਾਂ ਵੱਲੋਂ 500 ਦਾ 500 ਦਾ ਜੱਫਾ ਹੋਣਾ ਉਹ ਤਾੜੀ ਮਾਰ ਦਿਓ ਗੁੱਜਰ ਦੇ ਲਈ ਆਹ ਤਾੜੀ ਮਾਰਦੇ ਸੁੱਖੀ ਬੁੱਢੇ ਥੇ ਦਾ ਚੇਲਾ ਜੱਫਾ ਲਾ ਗਿਆ ਅਗਲੀ ਕਬੱਡੀ ਪਾਉਣ ਲਈ ਹਰਮਨ ਹੈ ਨੰਗਲ ਦੀ ਧਰਤੀ ਦਾ ਰੇਡ ਪਾਉਣ ਦੇ ਵਾਸਤੇ ਵਧਿਆ ਹੋਇਆ ਫਾਈਨਲ ਮੁਕਾਬਲਾ ਖੇਡਿਆ ਜਾ ਰਿਹਾ ਬੈਸਟਾਂ ਨੂੰ 51-51 100 ਦਿੱਤਾ ਜਾਵੇਗਾ ਲਓ ਸਾਹਮਣੇ ਦੇਖਾਂਗੇ ਇੱਕ ਪਾਸੇ ਹਰਮਨ ਹੈ ਨੰਗਲ ਦੀ ਧਰਤੀ ਦਾ ਔਰ ਰੇਡ ਪਈ ਹੋਈ ਤੇ ਸਾਹਮਣੇ ਟੱਕਰ ਬੱਬਰ ਸ਼ੇਰ ਦੇ ਨਾਲ ਅਵਾਣਾ ਵਾਲਾ ਗੋਪੀ ਗੋਪੀ ਤੇ ਹਰਮਨ ਗੋਪੀ ਤੇ ਹਰਮਨ ਉਹ ਹੁੰਦਾ ਹੋਇਆ ਸਿਰਾ ਖੇਡ ਗਰਾਊਂਡ ਦੇ ਵਿੱਚ ਬੈਸਟ ਰੇਡਰ ਤੇ ਜਾਫੀ ਨੂੰ 5,100 ਦਿੱਤਾ ਜਾਵੇਗਾ ਅਗਲੀ ਰੇਡ ਰੂਪਾ ਵੈਰੋ ਕੇ ਮਾੜਾ ਕਬੱਡੀ ਦੀ ਗਰਾਊਂਡ ਅੰਦਰ ਵਧਿਆ ਹੋਇਆ ਸ਼ਮਸ਼ੇਰ ਸਿਆ ਹੋ ਜਾ ਪੱਪਾ ਭਾਰ ਜਵਾਨਾ ਸਾਹਮਣੇ ਦੇਖਦੇ ਆ ਆ ਮੁੰਡਾ ਨੌਜਵਾਨ ਮਨ ਟਰਪੱਲਿਆਂ ਵਾਲਾ ਤੇ ਰੂਪਾ ਵੈਰੋ ਕੇ ਮਾੜਾ ਆਓ ਸਾਹਮਣੇ ਲੱਗਦਾ ਯੋਰ ਵੱਜਦੇ ਧੱਕੇ ਨੰਬਰ ਬੌਲੀਆਂ ਦੇ ਵਾਸਤੇ ਜੁੜ ਗਿਆ ਅਗਲੀ ਰੇਡ ਸਾਬਾ ਆ ਗਿਆ ਸ਼ਮਸ਼ੇਰ ਸਾਬਾ ਕੀੜੀ ਅਫਗਾਨਾ ਵਾਲਾ ਅਗਲੀ ਕਬੱਡੀ ਪਾਉਣ ਲਈ ਵਧਿਆ ਹੋਇਆ ਉਹ ਸਾਬਾ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਕੀੜੀ ਅਫਗਾਨਾ ਵਾਲਾ ਬਲਕਰਨ ਸਿੰਘ ਸਾਬੇ ਕੈਨੇਡਾ ਵਾਲੇ ਨੇ ਮਾਣ ਭੇਜੇ ਮੁੰਡੇ ਦੇ ਲਈ ਆਹ ਕਹਿੰਦੇ ਗੱਭਰੂ ਨੌਜਵਾਨ ਸਾਬਾ ਖੇਡਿਆ ਗੱਭਰੂ ਨੌਜਵਾਨ ਯੂਰਪ ਦੇ ਮੈਦਾਨਾਂ ਦੇ ਵਿੱਚ ਪਿਛਲੇ ਸਾਲ ਇਸ ਸਾਲ ਪੰਜਾਬ ਦੇ ਖੇਡ ਮੇਲਿਆਂ ਦੇ ਉੱਪਰ ਮੰਗ ਹੈ ਮੁੰਡੇ ਦੀ ਅੱਜ ਵਿਸ਼ੇਸ਼ ਸਨਮਾਨ ਵੀ ਕੀਤਾ ਜਾਣਾ ਤੇ ਉੱਧਰ ਮੱਤੇ ਗੁਰਦਾਸਪੁਰੀਏ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਜਾਣਾ ਮਤੇ ਗੁਰਦਾਸਪੁਰੀਏ ਦਾ ਭੋਲੇ ਕਿਆਲੇ ਦਾ ਵਿਸ਼ੇਸ਼ ਸਨਮਾਨ ਕੀਤਾ ਜਾਣਾ ਹੈ ਇਹ ਸਾਡੇ ਹਰਪਾਲ ਸਿੰਘ
ਫੌਜੀ ਦਾ ਸਾਂਢੂ ਵੀ ਹੈ। ਉਹ ਭੋਲੇ ਕਿਉਂ ਵਾਲਾ ਕਿਤੇ ਮੱਤਾ ਖੇਡ ਦੇ ਮੈਦਾਨ ਦੇ ਵਿੱਚ ਆਇਆ, ਅੱਜ ਵਿਸ਼ੇਸ਼ ਸਨਮਾਨ ਹੋਵੇਗਾ। ਅਗਲੀ ਕਬੱਡੀ ਕਿਹਨੇ ਪਾਉਣੀ ਆ? ਆਓ ਸਾਹਮਣੇ ਗੋਪੀ ਸਬਰਾ ਕਬੱਡੀ ਪਾਉਂਦਾ, ਚਾਰ ਬੱਬਰ ਸ਼ੇਰ ਨੇ ਯੂ ਐਸ ਏ ਦੀ ਟੀਮ ਦੇ, ਇੱਕ ਪਾਸੇ ਹੁਸੈਨ ਗੁੱਜਰ, ਆਓ ਦੋ ਨੰਬਰ ਤੋਂ ਵੱਧ ਕੇ ਟਰਾਈ ਹੋਈ ਹੈ ਪਰ ਨੰਬਰ ਵੇਖਿਓ ਵੇਖਿਓ ਜੀ ਵੇਖਿਓ ਜਰਾ ਵੇਖਿਓ ਪਲੇਅਰ ਨੂੰ ਕੌਡੀ ਪੰਮੇ ਦੀ 500 ਦੀ ਕਰਨ ਆਸਟ੍ਰੇਲੀਆ, ਨਾਲ ਸਾਡਾ ਵੀਰ ਆਕਾਸ਼ ਕਰਨ ਨਿਊਜ਼ੀਲੈਂਡ, ਆਕਾਸ਼ ਆਸਟ੍ਰੇਲੀਆ ਤੇ ਮਨਵੀਰ ਆਸਟ੍ਰੇਲੀਆ ਵਾਲਾ ਵੀਰ ਹੈ, ਉਹਨਾਂ ਵੱਲੋਂ ਪੰਮੇ ਦੀ ਆ ਕੌਡੀ 500 ਦੀ। ਤੇ ਹੁਣ ਤੋਂ ਕੋਈ ਕੌਡੀ ਕੋਈ ਜੱਫਾ 500 ਤੋਂ ਘੱਟ ਨਹੀਂ ਲੱਗੇਗਾ ਕਿਉਂਕਿ ਫਾਈਨਲ ਚੱਲਦਾ ਪੁਆਇੰਟ ਕਿਤੇ ਰੇਡਰ ਦਾ ਤੇ ਪੰਮੇ ਦੇ ਲਈ 500 ਹੋ ਗਏ। ਇੱਕ ਸਪੇਅਰ ਪਲੇਅਰ ਆ ਕੇ ਵੀਰੇ ਪੈਸੇ ਲਈ ਚੱਲਿਓ, ਇਹ ਭਲ ਵੜੀਆ ਸੋਨੇ ਦੇ ਕੋਲ ਹੈ, ਇਹ ਲਿਖੀ ਚੱਲਿਓ ਬਸ ਤੁਸੀਂ ਸਾਰੇ ਪੈਸੇ ਜਿਹੜੇ ਆ ਜਿਹੜੇ ਸੋਨੇ ਭਲ ਵੜੀਏ ਨੇ ਅਨਾਊਂਸ ਕਰਾਏ ਉਹ ਜ਼ਿੰਮੇਵਾਰੀ ਹੈ ਵੀਰ ਦੀ। ਅਗਲੀ ਕਬੱਡੀ ਕਿਹਨੇ ਪਾਉਣੀ ਆ? ਸਾਹਮਣੇ ਹਰਮਨ ਚੱਲਿਆ ਮਿਸ਼ਰਪੁਰ ਦੀ ਧਰਤੀ ਦਾ, ਜ਼ਿਲ੍ਹੇ ਗੁਰਦਾਸਪੁਰ ਵਾਲਾ ਕਬੱਡੀ ਪਾਉਣ ਦੇ ਵਾਸਤੇ ਹੰਦਿਆਂ ਤੇ ਤਿਆਰ ਹੈ, ਹੰਦਿਆਂ 'ਚ ਟੇਕ ਮੱਥਾ ਦੋਵੇਂ ਹੱਥ ਜੋੜੇ ਗੱਭਰੂ ਨੇ, ਲੱਗਾ ਰੱਬ ਨੂੰ ਧਿਆਉਣ ਲੋਕੋ, ਮਾਰੋ ਤਾੜੀਆਂ ਸ਼ੇਰ ਨੂੰ ਦਿਓ ਥਾਪੀ, ਧਾਬੀ ਚੱਲਿਆ ਹੈ ਕਬੱਡੀ ਪਾਉਣ ਲੋਕੋ। ਮਿਸ਼ਰਪੁਰ ਤੇ ਹਰਮਨ ਦੀ ਪਈ ਹੋ ਰੇੜਾ, ਆਹ ਦੋ ਨੰਬਰ ਤੋਂ ਵੱਧ ਕੇ ਕਰਨ, ਆਹ ਜਾਓ ਨੰਗਲ ਦੀ ਧਰਤੀ ਦਾ ਵੱਧ ਕੇ ਟਰਾਈ ਕਰਦਾ ਹੋਇਆ, ਸਾਹਮਣੇ ਇੱਕ ਪਾਸੇ ਹਰਮਨ, ਹਰਮਨ ਤੇ ਕਰਨ, ਜਾਓ ਨੰਗਲ ਵਾਲਾ ਮਿਸ਼ਰਪੁਰੀਆ ਨੰਬਰ ਜੋੜ ਗਿਆ, ਮਿਸ਼ਰਪੁਰੀਆ ਨੰਬਰ ਜੋੜ ਗਿਆ ਕਰਨ, ਜਾਓ ਨੰਗਲ ਬਿੰਦੇ ਜਾਓ ਨੰਗਲ ਦਾ ਪਿੰਡ ਹੈ, ਬਿੱਲੇ ਜੋਲ ਨੰਗਲ ਦਾ ਪਿੰਡ, ਗੱਲਾਂ ਸੁੱਕੇ ਮੱਗੇ ਦੀਆਂ ਚੱਲੀਆਂ, ਗੱਲਾਂ ਕਹਿੰਦੇ ਲਾਟ ਗੁਰਦਾਸਪੁਰੀਏ ਦੀਆਂ ਚੱਲਦੀਆਂ, ਡੇਰੀਵਾਲ ਪਿੰਡ ਜੀ ਦਾ ਆਸਟ੍ਰੇਲੀਆ ਦੇ ਵਿੱਚ ਰਹਿੰਦਾ। ਆਹ ਸਾਹਮਣੇ ਕਹਿੰਦੇ ਮੁਕਾਬਲਾ ਅੱਜ ਭੱਲੋ ਵਾਲੀ, ਆਹ ਸਨੀ 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 ਕੋਸ਼ਿਸ਼ ਕਰਦਾ, ਆਹ ਸਾਹਮਣੇ ਪੁਆਇੰਟ ਆਪਣੀ ਟੀਮ ਦੇ ਖਾਤੇ ਵਿੱਚ। ਮੱਲੀ ਗੋਸਲਾ ਵਾਲੇ ਦਾ ਹਰ ਜੱਫਾ, ਮਨਵੀਰ ਆਕਾਸ਼ ਦੇ ਕਰਨ ਵੱਲੋਂ 500 ਦਾ ਜੱਫਾ ਹੋਵੇਗਾ, ਮੱਲੀ ਜਿੰਨੇ ਜੱਫੇ ਉਹਨੇ 500 ਸਿਮਿਆਂ ਦੀ ਕੌਡੀ ਪੈਂਦੀ। ਹਰਜੀਤ ਵੀਰੇ ਲਾਓ ਸਾਹਮਣੇ ਬਾਂਗੋਵਾਣੀ ਪਿੰਡ ਵਾਲਾ ਸਿੰਮਾ ਕਬੱਡੀ ਪਾਉਣ ਲਈ ਵਧਿਆ ਹੋਇਆ, ਉਹ ਲਿਸ਼ਕਦੇ ਨੇ ਪਿੰਡੇ ਪੈਣ ਪੱਟਾਂ ਉੱਤੇ ਘੁੱਗੀਆਂ, ਸਾਲਾਂ ਵਾਲੇ ਪੇੜ ਵਿੱਚ ਤਾਕਤਾਂ ਨੇ ਗੁੱਜੀਆਂ, ਬਾਂਗੋਵਾਣੀ ਪਿੰਡ ਵਾਲਾ ਆਹ ਵਧਿਆ ਹੋਇਆ, ਚਾਰ ਜਾਫੀਆਂ ਦੇ ਵਿਹੜੇ ਵਿੱਚ ਪਈ ਰੇਡ ਤੇ ਟਰਪਾਲਿਆਂ ਵਾਲਾ ਮਨ, ਉੜਦੀਆਂ ਧੂੜਾਂ ਭਿੜਦੇ ਬੱਬਰ ਸ਼ੇਰ, ਆਹ ਬੱਲੇ 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 ਬੱਲੇ, ਆਹ ਕਬੱਡੀ 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 ਕਬੱਡੀ, ਆਹ ਚੱਕੇ ਯਾਮ ਤਾੜੀਆਂ ਮਾਰ ਦਿਓ, ਪੰਜ ਸੌ ਦਾ ਮਨ ਦਾ ਜੱਫਾ, 500 ਦਾ ਟਰਪੱਲੇ ਵਾਲੇ ਮਨ ਦਾ ਜੱਫਾ, ਆਹ ਵੀ ਜੱਫਾ 500 ਦਾ ਮਨਵੀਰ ਆਕਾਸ਼ ਤੇ ਕਰਨ ਵੱਲੋਂ। ਅਗਲੀ ਕਬੱਡੀ ਕਹਿੰਦੇ ਆਹ ਗੱਭਰ ਨੌਜਵਾਨ ਆਰਤੀਏ ਦੇ ਸਰਾਣੇ ਵਰਗਾ ਸਰੀਰ ਮੁੰਡੇ ਦਾ, ਚਾਰ ਜਾਫੀਆਂ ਦੇ ਬੋਲਿਆ ਹੋਇਆ ਧਾਵਾ ਮੁੰਡੇ ਦਾ, ਧਾਵੀ ਦੇ ਬੋਲੇ ਹੋਏ ਧਾਵੇ ਨੂੰ ਹੁਣ ਕੌਣ ਠੱਲ ਪਾਵੇ। ਆਹ ਸਾਹਮਣੇ ਕਹਿੰਦੇ ਗੋਸਲਾ ਵਾਲਾ ਮੱਲੀ ਕਰਦਾ ਕੋਸ਼ਿਸ਼, ਇਕੱਠੇ ਖੇਡੇ ਆ ਕਿ ਮਾਰ ਮਾਰ ਗੱਪਾਂ ਰਾਤਾਂ ਇਕੱਠੀਆਂ ਗੁਜ਼ਾਰੀਆਂ, ਖੂਨ ਡੋਲ ਡੋਲ ਕੇ ਪਕਾਉਂਦੇ ਰਹੇ ਯਾਰੀਆਂ, ਚੁੱਕ ਚੰਦਰੀ ਕਰਾ ਗਈ ਚਾਰਾ ਤੇ ਮਿੱਤਰਾਂ ਚ ਖੜਕ ਪਈ, ਯਾਰਾ ਸੁਣ ਕੇ ਜਾਵੀਂ ਦਿਲਦਾਰਾ, ਕਿ ਮਿੱਤਰਾਂ ਚ ਖੜਕ ਪਈ ਯਾਰਾ ਸੁਣ ਕੇ ਜਾਵੀਂ ਦਿਲਦਾਰਾ। ਉਹ ਸਾਹਮਣੇ ਮੁਕਾਬਲਾ ਚੋਟੀ ਦਾ, ਮੈਚ ਚੋਟੀ ਦਾ ਕਬੱਡੀ ਬਿੱਲੇ ਦੀ, ਤੇ ਸਾਹਮਣੇ ਉਹ ਚਾਰੇ ਖਿਲਾਰੀ ਫਿਰਦਾ ਨੌਜਵਾਨ, ਉਹ ਗੁੱਜਰ ਬਿੱਲਾ, ਗੁੱਜਰ ਬਿੱਲਾ ਹੁਸੈਨ, ਬਿੱਲਾ ਹੁਸੈਨ ਤੇ ਬਿੱਲਾ, ਬੱਲੇ 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 ਬੱਲੇ, ਆਹ ਬਿੱਲਾ ਨੰਬਰ ਜੋੜ ਗਿਆ ਬਈ ਸ਼ਮਸ਼ੇਰ। ਵਿੱਕੀ ਚਿਤੌੜਗੜ੍ਹ ਵਾਲੇ ਦੇ ਸੱਟ ਬਹੁਤ ਜ਼ਿਆਦਾ ਲੱਗੀ ਹੈ, ਆਪਾਂ ਹਾਫ ਦੇ ਵਿੱਚ ਗੇੜੀ ਲਵਾਉਣੀ ਹੈ ਉਸ ਨੌਜਵਾਨ ਦੀ, ਕਿਉਂਕਿ ਬੜੇ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਨੌਜਵਾਨ, ਤੇ ਜ਼ਰੂਰ ਜਿੰਨਾ ਵੀ ਹੋ ਸਕੇ ਸਾਰੇ ਉਹਦਾ ਮਾਣ ਸਤਿਕਾਰ ਜ਼ਰੂਰ ਕਰਨਗੇ ਸਾਰੀ ਸੰਗਤ ਦੇ ਮੂਹਰੇ। ਆਓ ਸਾਹਮਣੇ ਰੇੜ ਸਾਬਾ ਕੀੜੀ ਫਗਾਨਾ ਵਾਲਾ, ਆਓ ਕਬੱਡੀ ਕਬੱਡੀ ਕਰਦਾ ਹੋਇਆ ਬੱਬਰ ਸ਼ੇਰ ਕਬੱਡੀ ਦਾ, ਆਓ ਸਾਹਮਣੇ ਗੋਪੀ ਅਵਾਣ ਪਿੰਡ ਵਾਲਾ, ਇਹ ਦੋਨੇ ਯੂਰਪ ਖੇਡੇ ਆ, ਬੱਬਰ ਸ਼ੇਰ ਨੇ ਕਬੱਡੀ ਦੇ ਸਾਬਾ ਤੇ ਗੋਪੀ ਸੁਖਿਆ ਫੈਸਲਾ ਸੁਣਾ ਦੇ, ਬੱਬਰ ਸ਼ੇਰਾ ਸੁੱਖਾ ਸਰਫ ਕੋਟ ਨੰਬਰ
ਯਾਫੀ ਦੇ ਵਾਸਤੇ ਐਲਾਨ ਦਿੱਤਾ ਹੈ ਸੁੱਖੇ ਨੇ। ਅਗਲੀ ਰੇਡ ਵੈਰੋ ਕੇ ਵਾਲਾ ਰੂਪਾ, ਤਿੰਨ ਤਿੰਨ ਲੱਖ ਦੀ ਕਬੱਡੀ ਪਾਉਣ ਵਾਲਾ ਚੱਲਿਆ ਸ਼ਮਸ਼ੇਰ ਪਾਬਾਦ ਮੁੰਡੇ ਦੇ ਸਾਹਮਣੇ। ਕਹਿੰਦੇ ਨਡਾਲੇ ਦਾ ਕਬੱਡੀ ਕੱਪ, ਤਿੰਨ ਕੌਡੀਆਂ 3 ਲੱਖ ਦੀਆਂ। ਆਓ ਸਾਹਮਣੇ ਪਾ ਕੇ ਮੁੰਡਾ ਬੱਲੇ ਬੱਲੇ ਕਰਾਉਂਦਾ, ਆ ਸਾਹਮਣੇ ਕੌਣ, ਆਓ ਸਾਹਮਣੇ ਆ ਜਫਾ 500 ਦਾ, ਇਹ ਜਫਾ ਮੋਲਕ ਹੈ ਭਾਗੋ ਵਾਲੀਆ ਗੁਰਪ੍ਰੀਤ ਗੋਪੀ ਬੋਪਰ ਰਾਏ ਦਾ ਚਹੇਤਾ। ਆਓ ਸਾਹਮਣੇ ਕਹਿੰਦੇ ਯੂ ਐਸ ਏ ਵਾਲੇ ਦਾ ਜਫਾ ਲਾ ਗਿਆ ਮੋਲਕ, ਤੇ 500 ਦਿੱਤਾ ਜਾਵੇਗਾ ਸਾਡੇ ਮਨਵੀਰ ਆਕਾਸ਼ ਤੇ ਕਰਨਵੀਰ ਵੱਲੋਂ ਸਾਬੇ ਦੀ ਕੌਡੀ ਗੋਪੀ ਅਬਾਣਾ ਵਾਲਾ। ਉਹ ਕਰਦਾ ਕਿ ਨੌਜਵਾਨ ਕੋਸ਼ਿਸ਼, ਕੱਲ ਗੋਪੀ ਨੂੰ ਸੁੱਖਿਆ 2 ਮੋਟਰਸਾਈਕਲ ਮਿਲਣੇ ਆ, ਇੱਕ ਕਾਲੇ ਅਬਾਣ ਵੱਲੋਂ ਜੱਗੇ ਰਵਾਲ ਵੱਲੋਂ ਤੇ ਇੱਕ ਕਹਿੰਦੇ ਔਲਖ ਪਰਿਵਾਰ ਵੱਲੋਂ ਦੁੱਗ ਦੁੱਗ ਮਿਲਦਾ ਹੈ। ਇਹ ਮਾਨ ਤੇ ਸਨਮਾਨ ਕੱਲ ਨੂੰ ਅਬਾਣ ਪਿੰਡ ਦੇ ਗੋਪੀ ਦੇ ਸਨਮਾਨ, ਕਹਿੰਦੇ 2 ਮੋਟਰਸਾਈਕਲ, ਇਹ ਕਬੱਡੀ ਆ ਸੁੱਖਿਆ, ਜਿਵੇਂ ਮੱਖੀ ਨੇ ਕਹਿਤਾ ਇੱਕ ਕਬੱਡੀ ਹੈ ਜਿਹੜੀ ਜਹਾਜ਼ ਦੀਆਂ ਸੀਟਾਂ ਤੇ ਬਿਠਾ ਕੇ ਦੇਸ਼ ਕਮਾਉਂਦੀ ਹੈ, ਇਹ ਜਿਉਂਦੀ ਰਵੇ ਕਬੱਡੀ, ਮਾਂ ਖੇਡ ਹੈ ਸਾਡੀ। ਉਹ ਸਭੜੇ ਮੁਕਾਬਲਾ ਚੋਟੀ ਦਾ ਹਰਮਨ ਮਿਸ਼ਰਪੁਰੀ ਆ, ਖੇਡ ਮੈਦਾਨ ਅੰਦਰ ਵਧਿਆ ਹੋਇਆ, ਆਓ ਦੂਜੇ ਪਾਸੇ ਲੱਗਦਾ ਯੋਰ, ਪਰ ਨੰਬਰ ਰੇਡਰ ਦਾ ਮਿਸ਼ਰਪੁਰੀ ਆ ਹਰਮਨ, ਗੁਰੂ ਨਾਨਕ ਕਬੱਡੀ ਕਲੱਬ ਬੌਲੀਆਂ ਵਾਸਤੇ ਨੰਬਰ ਜੋੜ ਗਿਆ। ਆ ਮੈਸਮਪੁਰ ਦੀ ਧਰਤੀ ਦਾ ਪੰਮਾ ਚੱਲਿਆ, ਇਹ ਮੈਤੇ ਦੇ ਏਰੀਏ ਦਾ, ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਦਾ, ਪੰਜਾਬ ਪੁਲਿਸ ਵਿੱਚ ਡਿਊਟੀ ਕਰਦਾ, ਨਾਲ ਕਬੱਡੀ ਵੀ ਖੇਡਦਾ, ਇਹ ਲੱਖਣ ਢਡਿਆਲੇ ਦਾ ਚੰਡਿਆ ਮੱਲ ਕਬੱਡੀ ਪਾਉਂਦਾ, ਮੈਸਮਪੁਰ ਦਾ ਪੰਮਾ, ਸਾਹਮਣੇ 4 ਬੱਬਰ ਸ਼ੇਰ। ਆਓ ਸਾਹਮਣੇ ਅਪੀਲ ਕੀਤੀ ਹੈ, ਨੰਬਰ ਰੇਡਰ ਦੇ ਵਾਸਤੇ ਹੈ, ਸੁੱਖੇ ਸਰਫਕੋਟ ਨੇ ਇਸ਼ਾਰਾ ਕਰ ਦਿੱਤਾ, ਉਧਰ ਸੰਦੀਪ ਬਤਾਲਾ, ਜਤਿੰਦਰ ਓਠੀਆ, ਤਲਵਾਰ ਘਰਿਆਲਾ ਜੀ ਆ, ਸਾਹਮਣੇ ਰੇਡ ਪਾਉਣ ਲਈ ਗੱਭਰੂ ਚੱਲਿਆ ਸ਼ੁਭ। ਆਹ ਸ਼ੁਭ ਬੁੱਢੇ ਥੇ ਵਾਲਾ ਰੇਡ ਪਾਉਣ ਦੇ ਲਈ ਵਧਿਆ ਹੋਇਆ ਨੌਜਵਾਨ ਹੈ। ਦੂਜੇ ਪਾਸੇ 4 ਜਾਫੀ ਤਿਆਰ, ਪਿੰਦਰਾ ਜਿਹੜੀਆਂ ਲਾਈਟਾਂ ਸ਼ਤਾਨੀ ਕਰਦੀ ਉਹਨਾਂ ਨੂੰ ਸਮਝਾ ਲਾ। ਆਓ ਸਾਹਮਣੇ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਆ ਕਹਿੰਦੇ ਸ਼ੋਭਾ, ਤੇ ਦੂਜੇ ਪਾਸੇ ਮਨ ਭੱਜਲਾ 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 ਮੋਰਨੀ ਤੇਰੇ ਮਗਰ ਕਿਸੇ ਨੀ ਆਉਣਾ, ਭੱਜਲਾ ਮੋਰਨੀ, ਪਰ ਮਨ ਕਹਿੰਦਾ ਤੂੰ ਕਹਿੰਦਾ ਮਗਰ ਨੀ ਆਉਣਾ, ਮੈਂ ਅੱਗੋ ਹੀ ਨੀ ਪਾਸੇ ਹਟਣਾ। ਆਓ ਸਾਹਮਣੇ ਕਹਿੰਦੇ ਨੌਜਵਾਨ ਬੁੱਢੇ ਇੱਥੇ ਵਾਲਾ ਸ਼ੁਭ, 1 ਲੱਖਾਂ ਜਿਹਾ ਪੁਆਇੰਟ ਆਪਣੀ ਟੀਮ ਦੇ ਖਾਤੇ ਵਿੱਚ ਜੁੜ ਗਿਆ, ਆ ਚੱਲਿਆ ਕੋਠੇ ਜਿੱਡਾ ਮੱਲ, ਇਹ 51-5100 ਬੈਸਟਾਂ ਨੂੰ ਦਿੱਤਾ ਜਾਣਾ, 51-5100 ਬੈਸਟਾਂ ਨੂੰ। ਆਇਓ ਮੇਰੇ ਰੱਬਾ, 2 ਹੋਰ ਪੈ ਜਾਓ, ਇਹਨੂੰ ਛਿੰਦੋ ਵੀ ਪੈ ਗਈ, ਮਿੰਦੋ ਵੀ ਪੈ ਗਈ, ਸਾਰਾ ਟੱਬਰ ਹੀ ਪੈ ਗਿਆ। ਪੁਆਇੰਟ ਕਹਿੰਦੇ ਰੇਡਰ ਦੇ ਖਾਤੇ ਜੁੜਨਾ ਹੈ, ਪੁਆਇੰਟ ਸਾਬੇ ਵਾਸਤੇ ਜੁੜ ਗਿਆ, ਕੀੜੀ ਫਗਾਨਾ ਵਾਲਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦਾ ਇਲਾਕਾ ਹੈ, ਬਹੁਤ ਵੱਡਾ ਮੱਲ ਹੈ ਕਬੱਡੀ ਦਾ। ਅਗਲੀ ਰੇਡ ਪਾਉਣ ਦੇ ਲਈ ਬਿੱਲਾ ਵਧਿਆ, ਭੰਗਵਾਂ ਦੀ ਧਰਤੀ ਹੈ ਬਿੱਲਿਆ ਪਾ ਕਬੱਡੀ, ਉਹ ਜਿਉਣ ਜੋਗਿਆ ਬੱਬਰ ਸ਼ੇਰਾ, ਸਾਹਮਣੇ 4 ਜਾਫੀ ਨੇ, ਅਮੋਲ ਖੜਾ ਭਾਗੋ ਵਾਲੀਆ, ਆ ਘੋੜਾ ਖੜਾ, ਆ ਘੋੜਾ ਜੇ, ਆ ਘੋੜਾ ਜੇ, ਬਿੱਲਾ 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 ਤੇ ਘੋੜਾ, ਟੱਕਰ ਸ਼ੇਰਾਂ ਦੀ, ਫਾਈਨਲ ਖੇਡਿਆ ਜਾ ਰਿਹਾ, ਭਾਲੋ ਵਾਲੀ ਦੀ ਧਰਤੀ ਹੈ, ਬਾਬਾ ਬੁੱਢਾ ਸਾਹਿਬ ਦੀ ਯਾਦ ਅੰਦਰ ਕਬੱਡੀ ਕੱਪ ਹੈ, ਸਾਬਾ ਫੇਰ ਆ ਗਿਆ ਸ਼ਮਸ਼ੇਰ। ਉਹ ਸਾਬਾ ਕਹਿੰਦੇ ਇਹ 51-5100 ਪਵਾਉਂਦਾ, ਉਹ ਕਹਿੰਦੇ ਬੈਸਟਾਂ ਨੂੰ 51-5100 ਦਿੱਤਾ ਜਾਣਾ ਹੈ। ਉਧਰ ਮਾਰਦੇ ਖਿਡਾਰੀਆਂ ਦੇ ਲਈ ਕਰਨ ਨਿਊਜ਼ੀਲੈਂਡ, ਆਕਾਸ਼ ਆਸਟ੍ਰੇਲੀਆ ਤੇ ਮਨਵੀਰ ਆਸਟ੍ਰੇਲੀਆ ਵਾਲਾ ਵੀਰ, ਕਹਿੰਦੇ ਕਿ ਮਾਣ ਇਹਨਾਂ ਖਿਡਾਰੀਆਂ ਦੇ ਕਰਨੇ ਤੇ 500 ਤੋਂ ਘੱਟ ਨੇ, ਇਹਨਾਂ ਵੀਰਾਂ ਵੱਲੋਂ ਹਰਜੀਤ ਰਡਾਲੇ ਦਾ 1000 ਰੁਪਈਏ ਦੇ ਨਾਲ ਮਾਣ ਸਨਮਾਨ ਹੈ, ਤੇ 1000 ਰੁਪਈਆ ਦਾਸ ਦੇ ਲਈ ਇਹ ਮਨਵੀਰ ਆਸਟ੍ਰੇਲੀਆ, ਆਕਾਸ਼ ਆਸਟ੍ਰੇਲੀਆ ਤੇ ਕਰਨ ਨਿਊਜ਼ੀਲੈਂਡ, ਉਹਨਾਂ ਵੀਰਾਂ ਵੱਲੋਂ ਇਹ ਮਾਣ ਨੇ। ਦੋਵਾਂ ਬੁਲਾਰਿਆਂ ਦੇ ਵੀਰਾਂ ਦਾ ਧੰਨਵਾਦ ਹੈ, ਉਧਰ ਬੁਲਾਰਿਆਂ ਦੇ ਲਈ ਵੱਡਾ ਮਾਣ, ਬਲਕਰਨ ਸਿੰਘ ਜੀ ਸਾਹਿਬਾ ਕੈਨੇਡਾ, ਡਾਕਟਰ ਰਾਜਵੀਰ ਤੇ ਗਿੱਲ ਸੀਮਟ ਸਟੋਰ,
ਤੇ ਰਾਜਵੀਰ ਮੈਂਬਰ ਤੇ ਜਿਉਣਾ ਨਿਊਜ਼ੀਲੈਂਡ ਉਹਨਾਂ ਵੀਰਾਂ ਵੱਲੋਂ ਵੀ ਤੁਮਾਂ ਬੁਲਾ ਰਹੇ ਦੇ ਲਈ ਵੱਡੀ ਮਾਣ ਪੁੱਜਿਆ ਹੈ। ਹਰਮਨ ਆ ਗਿਆ ਰੇਡ ਪਾਉਣ ਦੇ ਲਈ, ਉਹ ਹਰਮਨ ਕਬੱਡੀ ਪਾਉਣ ਲਈ ਵਧਿਆ ਹੋਇਆ ਨੰਗਲ ਪਿੰਡ ਦੀ ਧਰਤੀ ਹੈ, ਐਨ ਗੁੰਦਵਾ ਸਰੀਰ ਆ ਨੌਜਵਾਨ ਦਾ। ਸਾਹਮਣੇ ਦੇਖਦੇ ਚਾਰ ਬੱਬਰ ਸ਼ੇਰ ਕਬੱਡੀ ਦੇ, ਕੌਣ ਅੱਗੇ ਵੱਧ ਕੇ ਜੱਫੇ ਦੀ ਗੱਲ ਕਰਦਾ, ਆਹ ਸਾਹਮਣੇ ਹਰਮਨ ਨੰਗਲ ਦੀ ਧਰਤੀ ਦਾ ਨੰਬਰ ਆਪਣੀ ਟੀਮ ਦੇ ਵਾਸਤੇ ਜੋੜਦਾ ਹੋਇਆ ਕਿ ਰੇਡਰ ਝੂਲ ਝੂਲ ਕੇ ਤੁਰਦੇ ਜਿਵੇਂ ਰਾਵੀ ਵਗਦੀ, ਕਿਸੇ ਦੇ ਪੱਟ ਸੋਹਣੇ ਕਿਸੇ ਦੀ ਛਾਤੀ ਫੱਬਦੀ, ਰੇਡਰ ਝੂਲ ਝੂਲ ਕੇ ਤੁਰਦੇ ਜਿਵੇਂ ਰਾਵੀ ਵਗਦੀ। ਸ਼ੁਭ ਬੁੱਢੇ ਥੇ ਵਾਲਾ ਕਬੱਡੀ ਪਾ ਰਿਹਾ, ਸਾਹਮਣੇ ਚਾਰ ਜਾਫੀ ਨੇ, ਚਾਰੇ ਤਿਆਰ ਨੇ, ਭਾਗੋਵਾਲ ਦੀ ਅਮੋਲਕਾ, ਭਾਗੋਵਾਲ ਦੀ ਧਰਤੀ ਦਾ ਆ ਜਾਓ ਨੰਗਲ ਵਾਲਾ ਕਰਨ ਟਰਾਈ ਕਰਦਾ, ਪਰ ਸੰਦੀਪ ਬਤਾਲੇ ਦਾ ਕੀ ਇਸ਼ਾਰਾ, ਨੰਬਰ ਰੇਡਰ ਦੇ ਖਾਤੇ ਵਿੱਚ ਪੌਲੀਆਂ ਦੀ ਟੀਮ ਦੇ ਵਾਸਤੇ ਜੁੜਦਾ ਹੋਇਆ। ਅਗਲੀ ਕਬੱਡੀ ਸਾਬਾ ਫੇਰ ਆ ਗਿਆ, ਸ਼ਮਸ਼ੇਰ ਸਾਬੇ ਦੀ ਕਬੱਡੀ ਪੈਣ ਜਾ ਰਹੀ ਹੈ। ਸਾਬਾ ਬੈਸਟਾਂ ਵਾਲੀਆਂ ਪਾਉਂਦਾ, ਬੈਸਟਾਂ ਵਾਲੀਆਂ ਵੀ ਪਾਉਂਦਾ ਤੇ ਸਾਬੇ ਦੀਆਂ ਤਿੰਨ ਕੌਡੀਆਂ 1100 ਦੀਆਂ। ਬਲਕਰਨ ਸਿੰਘ ਜੀ ਸਾਡੇ ਸਾਬਾ ਕੈਨੇਡਾ ਤੇ ਨਾਲ ਡਾਕਟਰ ਰਾਜਵੀਰ ਗਿੱਲ ਸੀਮੈਂਟ ਸਟੋਰ, ਰਾਜਵੀਰ ਮੈਂਬਰ ਸਾਹਿਬ ਤੇ ਜਿਉਣਾ ਨਿਊਜ਼ੀਲੈਂਡ ਉਹਨਾਂ ਵੱਲੋਂ 11 ਕੌਡੀਆਂ, ਇਹ ਤਿੰਨ ਕੌਡੀਆਂ 1100 ਦੀਆਂ, ਇੱਕ ਕੌਡੀ ਮੁੜ ਗਈ ਤੇ ਦੋ ਬਾਕੀ ਹੈ। ਲਓ ਸ਼ੁਭ ਜਿਹੜੇ ਇੱਥੇ ਵਾਲਾ ਕਬੱਡੀ ਪਾ ਰਿਹਾ ਹੈ, ਬੁਲੇਰ ਤੇ ਸੱਟ ਲੱਗੀ ਸੀਗੀ ਤੇ ਸਾਡੇ ਹਰਪਾਲ ਸਿੰਘ ਜੀ ਖਹਿਰਾ ਸਾਹਿਬ ਡਾਕਟਰ ਸਾਹਿਬ ਪੁੱਜੇ ਆ, ਉਹ ਕਹਿੰਦੇ ਕਿ ਪਲੇਅਰ ਦੀ ਜਿਹੜੀ ਆ ਜਿੰਨੀ ਹੋ ਸਕੇ ਅਸੀਂ ਜਿਹੜੀ ਆ ਉਹ ਫਸਟ ਏਡ ਦੇਈਏ ਉਹਨੂੰ, ਅਤੇ ਉਸ ਤੋਂ ਬਾਅਦ ਮੈਂ ਸੰਗਤ ਨੂੰ ਬੇਨਤੀ ਕਰਾਂਗਾ ਕਿ ਵਿੱਕੀ ਜਿਹੜਾ ਚਿਤੌੜਗੜੀ ਆ ਜਿਹਦੇ ਸੱਟ ਕਾਫੀ ਲੱਗੀ ਆ, ਅਤੇ ਤੁਸੀਂ ਸਾਰੀ ਸੰਗਤ ਉਹਦਾ ਵੱਧ ਤੋਂ ਵੱਧ ਜਿਹੜਾ ਹੈ ਉਹ ਸਾਥ ਦਿਓ। ਇੱਕ ਬੜੇ ਗਰੀਬ ਜਿਹੇ ਪਰਿਵਾਰ ਦੇ ਵਿੱਚੋਂ ਆਏ, ਮੀਰਜ਼ਾਦਿਆਂ ਦਾ ਪੁੱਤ ਹੈ, ਉਹਦੀ ਸਪੋਰਟ ਜ਼ਰੂਰ ਕਰਿਓ, ਮੈਂ ਸਾਰੇ ਵੀਰਾਂ ਦਾ ਧੰਨਵਾਦ ਕਰਾਂਗਾ। ਅਗਲੀ ਕਬੱਡੀ ਆ ਸਾਹਮਣੇ, ਬਈ ਵਿੱਕੀ ਇੱਧਰ ਆ ਜਾ, ਇੱਧਰਲੇ ਪਾਸੇ ਆ ਬਈ, ਇੱਧਰ ਡਾਕਟਰ ਸਾਹਿਬ ਤੇਰਾ ਜਿਹੜਾ ਇਲਾਜ ਕਰਨਗੇ, ਸੋ ਵਿੱਕੀ ਇੱਧਰ ਆ ਜਾ ਵੀ ਵਿੱਕੀ ਚਿਤੌੜਗੜ੍ਹ, ਤੇਰੇ ਵਾਸਤੇ ਗੇੜੀ ਵੀ ਲਾਵਾਂਗੇ, ਤੇਰੇ ਵਾਸਤੇ ਹੋਕਾ ਵੀ ਦਿਆਂਗੇ ਕਿ ਜ਼ਰੂਰ ਮਾਣ ਕਰਿਓ, ਮਦਦ ਕਰਿਓ ਕਬੱਡੀ ਖਿਡਾਰੀਆਂ ਦੀ। ਆਓ ਸਾਹਮਣੇ ਬਿੱਲਾ ਭੰਗਵਾਂ ਦੀ ਧਰਤੀ ਦਾ, ਆਓ ਫਾਈਨਲ ਦੀ ਰੇਡ ਪਈ ਹੋਈ ਆ, ਭਾਲੋਵਾਲੀ ਦੀ ਧਰਤੀ ਆ, ਸਾਹਮਣੇ ਦੇਖਦੇ ਚਾਰ ਬੱਬਰ ਸ਼ੇਰ, ਆ ਬਿੱਲਾ ਭੰਗਵਾਂ ਵਾਲਾ ਕਬੱਡੀ 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 ਕਰਦਾ, ਨੰਬਰ ਆਪਣੀ ਟੀਮ ਬੌਲੀਆਂ ਵਾਸਤੇ ਜੋੜ ਗਿਆ। ਅਗਲੀ ਰੇਡ ਪਾਉਣ ਲਈ ਸਾਬਾ ਬੁੱਕਦਾ ਤੁਰਿਆ ਆਉਂਦਾ, ਜਿਵੇਂ ਤੂੜੀ ਵਾਲੀ ਮਸ਼ੀਨ ਤੇ 855 ਬੁੱਕਦਾ, ਆਹ ਟਾਪੋ ਟਾਪ ਤੁਰਿਆ ਆਉਂਦਾ, ਇਹ ਸਾਬਾ ਕੀੜੀ ਅਫਗਾਨਾ ਦੀ ਧਰਤੀ ਦਾ ਬੱਬਰ ਸ਼ੇਰ ਵੱਡਾ ਮਾਲਕ ਕਬੱਡੀ ਦਾ, ਸੋਹਣੀ ਲੱਗਦੀ ਖੇਡ ਮੁੰਡੇ ਦੀ, ਐਨ ਗੁੰਦਵਾ ਸਰੀਰ ਆ, ਮੁਗਦਰਾ ਵਰਗੇ ਟੌਲੇ ਆ, ਕੇਲੀਆਂ ਵਰਗੇ ਪੱਟ, ਸਾਹਮਣੇ ਕੌਣ ਅੱਗੇ ਵੱਧ ਕੇ ਜੱਫਾ ਲਾਉਂਦਾ, ਕਿਹੜਾ ਜਾਫੀ, ਆਓ ਗੱਲਾਂ ਸਮੇਂ ਦੀਆਂ, ਲਾਲੀ ਕੈਰੋਂ ਵਾਲਾ ਟਰਾਈ ਕਰਦਾ ਪਰ ਨੰਬਰ ਸਾਬਾ ਕੀੜੀ ਅਫਗਾਨਾ ਵਾਲਾ ਜੋੜ ਗਿਆ। ਅਗਲੀ ਰੇਡ ਸ਼ੇਰਿਆ, ਸ਼ੁਭ ਆ ਗਿਆ, ਹਾਫ ਸਮਾਂ ਹੋ ਗਿਆ ਮੈਚ ਦਾ। ਉਧਰ ਗੁਰਸੇਵਕ ਰੰਧਾਵਾ ਵੀਰ ਸਾਡਾ ਕੈਨੇਡਾ ਤੋਂ ਲਾਈਵ ਜੁੜਿਆ, ਉਸ ਵੀਰ ਦਾ ਵੀ ਧੰਨਵਾਦ ਹੈ। ਘਰਾਂ ਦੇ ਕਾਕੇ ਨਹੀਂ ਹੁੰਦੇ, ਸੋ ਬਹੁਤ ਕਬੱਡੀ ਔਖੀ ਖੇਡ ਰਹੀ ਹੈ, ਬਹੁਤ ਔਖੇ ਤਿਆਰ ਹੁੰਦੇ ਆ, ਜ਼ਰੂਰ ਮਾਣ ਕਰਿਓ, ਸੋ ਆਪਾਂ ਨੂੰ ਕੋਈ ਫਰਕ ਨਹੀਂ ਪੈਣਾ 100, 50, 500 ਦੇ ਨਾਲ, ਪਰ ਇਸ ਬੰਦੇ ਦੀ ਜਿਹੜੀ ਹੈ ਮਦਦ ਹੋ ਜਾਣੀ ਆ ਵਿੱਕੀ ਚਿਤੌੜਗੜ੍ਹ ਦੀ, ਮੇਰੀ ਬੇਨਤੀ ਹੈ ਸਾਰਿਆਂ ਨੂੰ। ਸੋ ਸੁਰਖੇ ਸਰਬਕੋਟ ਵੱਲੋਂ 500 ਰੁਪਈਆ ਵਿੱਕੀ ਚਿਤੌੜਗੜ੍ਹ ਲਈ। ਉਧਰ ਮੱਦੇ ਭੋਲੇ ਕਬੜੇ ਦਾ ਸਨਮਾਨ ਹੋ ਰਿਹਾ ਹੈ, ਆਦਾ ਅਮਰ ਕੌਰ ਦੇ ਪੁੱਤ ਦਾ ਸਨਮਾਨ, ਪਿਤਾ ਦਦਾਰ ਸਿੰਘ ਦੇ ਪੁੱਤ ਦਾ ਸਨਮਾਨ, ਮੱਤੇ ਭੋਲੇ ਕਵਾਲੇ ਦਾ ਇਹ ਵਿਸ਼ੇਸ਼ ਸਨਮਾਨ ਹੈ। ਮੱਤਿਆ ਜਿਹੜੀਆਂ ਕੌਡੀਆਂ ਪਾ ਗਿਆ ਹੈ ਉਹ ਵਿਰਲੇ ਵਿਰਲੇ ਦੇ ਹਿੱਸੇ ਵਿੱਚ ਆਈਆਂ ਹੈ, ਜਿਹੜਾ ਪਿਆਰ ਤੂੰ ਦੁਨੀਆ ਤੋਂ ਖੱਟ ਗਿਆ ਕਿਸੇ ਵਿਰਲੇ ਵਿਰਲੇ ਦੇ ਹਿੱਸੇ ਦੇ ਵਿੱਚ ਆਇਆ, ਅੱਜ ਵੀ ਦੁਨੀਆ ਮਾਣ ਕਰਦੀ ਹੈ, ਪਿਆਰ ਕਰਦੀ ਹੈ। ਇੱਧਰ ਵਿੱਕੀ ਨੂੰ ਲੈ ਕੇ ਲੱਖਣ ਢਡਿਆਲੇ ਨੱਤ ਵਾਲਾ ਅਤੇ ਨਾਲ ਉਹਦੇ ਸਾਥੀ ਖਿਡਾਰੀ ਜਿਹੜੇ ਆ ਉਹ
ਇਸ ਖਿਡਾਰੀ ਦੀ ਮਦਦ ਲਈ ਤੁਹਾਡੇ ਕੋਲ ਪੁੱਜ ਰਹੇ, ਤੁਸੀਂ ਵੱਧ ਤੋਂ ਵੱਧ ਜਿਹੜਾ ਸਹਿਯੋਗ ਦਿਓ। ਮੈਂ ਧੰਨਵਾਦ ਕਰਦਾ, ਸਨਮਾਨ ਆਪਣਾ ਬਦ ਕਰਨਾ। ਤੇ ਸ਼ਮਸ਼ੇਰ ਇੱਧਰ ਸੈਕਿੰਡ ਹਾਫ ਦੀ ਰੇਡ ਵੀ ਪੈ ਗਈ ਹੈ, ਉੱਧਰ ਭਲਵਾਨ ਜਿਹੜੇ ਗੇੜੀ ਵੀ ਲਾ ਰਹੇ ਆ ਉਸ ਵੀਰ ਵਾਸਤੇ, ਵਿੱਕੀ ਚਿਤੌੜਗੜ੍ਹ ਦੇ ਵਾਸਤੇ ਜ਼ਰੂਰ ਉਹਦੀ ਮਦਦ ਕਰਿਓ ਜਿੰਨੀ ਵੀ ਹੋ ਸਕੇ। ਆਓ ਸ਼ੁੱਭ ਸ਼ੁੱਭ ਤੇ ਦੂਜੇ ਪਾਸੇ ਆਓ, ਮੈਨੂੰ ਲੱਗਦਾ ਕਿ ਚੱਕੇ ਜਾਮ ਹੋਣਗੇ। ਹੁਸੈਨ ਗੁੱਜਰ ਸੁੱਖੀ ਬੁੱਢੇ ਥੇ ਦਾ ਚੰਡਿਆ ਜੱਫਾ ਲਾ ਗਿਆ, ਅਗਲੀ ਰੇਡ ਪਾਉਣ ਲਈ ਹਰਮਨ ਨੰਗਲ ਵਧਿਆ ਹੋਇਆ। ਅੱਜ ਰੌਣਕਾਂ ਭਾਲੋ ਵਾਲੀ ਹੈ, ਕੱਲ ਨੂੰ ਰੌਣਕਾਂ ਰਮਦਾਸ ਦੀ ਧਰਤੀ ਤੇ ਹੈ, 24 ਨੂੰ ਜਲਾਲਪੁਰ ਦੇ ਵਿੱਚ ਹੈ, 27 ਨੂੰ ਮੱਤੇ ਨੰਗਲ ਗੌਰੇ ਨੰਗਲ ਦੀ ਧਰਤੀ ਹੈ, 4 ਅਕਤੂਬਰ ਗੁਰਦੁਆਰਾ ਪ੍ਰੋ ਸਾਹਿਬ ਸੁਧਾਰ ਦੀ ਧਰਤੀ ਦਾ ਵੱਡਾ ਮੇਲਾ ਹੋਣਾ, 5 ਅਕਤੂਬਰ ਨੂੰ ਬੀੜ ਸਾਹਿਬ ਦਾ ਗੋਲਡ ਕਬੱਡੀ ਕੱਪ। ਲਓ ਸਾਹਮਣੇ ਹਰਮਨ, ਹਰਮਨ ਤੇ ਲਾਲੀ, ਹਰਮਨ ਤੇ ਲਾਲੀ ਨੰਬਰ ਰੇਡਰ ਦਾ ਅਗਲੀ ਰੇਡ ਲਾਲੀ ਬੈਠ ਕੇ ਦੇ ਹਰਮਨ ਦੇ ਖਾਤੇ ਆ। ਉੱਧਰ ਸਾਡੇ ਕਵਲਜੀਤ ਸਿੰਘ ਜੀ ਥਾਣੇਦਾਰ ਸਾਹਿਬ, ਉਹਨਾਂ ਵੱਲੋਂ ਜਿਸ ਖਿਡਾਰੀ ਦੇ ਸੱਟ ਲੱਗੀ ਹੈ ਵਿੱਕੀ ਦੇ ਲਈ, ਲੱਖਣਵੀਰ 1000 ਰੁਪਇਆ ਪੁੱਜਿਆ, ਉਹ ਮੇਰੇ ਕੋਲ ਪੈਸੇ ਲਾ ਜੋ। ਸਰਦਾਰ ਕਵਲਜੀਤ ਸਿੰਘ ਜੀ ਥਾਣੇਦਾਰ ਸਾਹਿਬ, ਉਹਨਾਂ ਵੱਲੋਂ ਵਿੱਕੀ ਦੇ ਲਈ 1000 ਰੁਪਇਆ ਜਿਹੜਾ ਸਪੋਰਟ ਪੁੱਜੀ ਹੈ, ਮਦਦ ਪੁੱਜੀ ਹੈ, ਧੰਨਵਾਦ ਹੈ। ਆਹ ਸਾਹਮਣੇ ਕਹਿੰਦੇ ਹਰਮਨ ਮਿਸ਼ਰਪੁਰੀ ਆ, ਰੇਡ ਪਾਉਣ ਦੇ ਲਈ ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਆ। ਉੱਧਰ ਹਰਮਨ ਨੰਗਲ ਦੀਆਂ 3 ਕੌਡੀਆਂ ਜਿਹੜੀਆਂ 1000 ਦੀਆਂ ਬਹਿਣਗੀਆਂ, ਸਾਡੇ ਵੀਰ ਮਨਮੀਰ ਆਸਟ੍ਰੇਲੀਆ, ਆਕਾਸ਼ ਆਸਟ੍ਰੇਲੀਆ ਤੇ ਕਰਨ ਨਿਊਜ਼ੀਲੈਂਡ ਵੱਲੋਂ ਪੈਣਗੀਆਂ ਖੇਡ ਦੇ ਮੈਦਾਨ ਦੇ ਵਿੱਚ। ਤੇ ਸਾਬਾ ਚੱਲਿਆ ਬਲਕਰਨ ਸਿੰਘ ਜੀ, ਸਾਬਾ ਕੈਨੇਡਾ ਤੇ ਡਾਕਟਰ ਰਾਜਵੀਰ ਸਿੰਘ ਤੇ ਨਾਲ ਸਾਡੇ ਗਿੱਲ ਸੀਮਟ ਸਟੋਰ ਤੇ ਰਾਜਵੀਰ ਸਿੰਘ ਜੀ ਮੈਂਬਰ ਸਾਹਿਬ ਤੇ ਜੂਣਾ ਨਿਊਜ਼ੀਲੈਂਡ, ਉਹਨਾਂ ਵੱਲੋਂ ਜਿਹੜੀਆਂ ਆਹ 3 ਕੌਡੀਆਂ 1100 ਦੀਆਂ 1 ਪੈ ਗਈ ਆ, ਦੂਜੀ ਪੈਣ ਜਾ ਰਹੀ ਆ, 1 ਬਾਕੀ ਆ। ਆਓ ਸਾਹਮਣੇ ਕਬੱਡੀਆਂ ਪੈਂਦੀਆਂ ਤੇ ਗੋਪੀ ਅਬਾਣਾ ਵਾਲਾ, ਆਓ ਸਾਹਮਣੇ ਆਓ, ਆ ਅਮਰੀਕ ਸਿੰਘ ਦਾ ਪੁੱਤ ਇਹ ਸਾਬਾ ਕੀੜੀ ਫਗਾਨਾ ਵਾਲਾ ਕਿ ਗੁੱਦਵੇਂ ਸਰੀਰਾਂ ਵਾਲੇ ਖੇਡਦੇ ਕਬੱਡੀਆਂ, ਟੌਲਿਆਂ ਤੇ ਟੈਟੂ ਬਣੇ ਟੌਲਾਂ ਰੱਜ ਕੱਢੀਆਂ। ਆ ਸ਼ੁਭ ਬੁੱਢੇ ਥੇ ਵਾਲਾ, ਬੁੱਢੇ ਥੇ ਦੀ ਧਰਤੀ ਦਾ ਸ਼ੁਭ ਕਬੱਡੀ ਪਾਉਂਦਾ। ਸਾਹਮਣੇ ਹੁਸੈਨ ਗੁੱਜਰ, ਹੁਸੈਨ ਗੁੱਜਰ, ਹੁਸੈਨ ਗੁੱਜਰ, ਹੁਸੈਨ ਗੁੱਜਰ, ਆਹ ਨੌਜਵਾਨ ਨੇ ਮੰਡੀ ਬੋਰਡ ਦੇ ਕੰਡੇ ਵਾਂਗੂ ਤੋੜਤਾ। ਆਹ USA ਦੀ ਟੀਮ ਦੇ ਵਾਸਤੇ ਤਗੜਾ ਜੱਫਾ ਲਾ ਗਿਆ ਹੁਸੈਨ ਗੁੱਜਰ, ਉਂਗਲ ਖੜੀ ਕਰਦਾ, ਪੱਟਾਂ ਤੇ ਥਾਪੀਆਂ ਮਾਰਦਾ, ਪੱਟਾਂ ਤੇ ਥਾਪੀਆਂ ਮਾਰਦਾ ਹੁਸੈਨ ਗੁੱਜਰ ਦੇ ਲਈ ਵੀ ਬਈ, ਹਸੈਨ ਗੁੱਜਰ ਦੇ ਲਈ ਵੀ, ਮਨਵੀਰ ਆਸਟ੍ਰੇਲੀਆ, ਆਕਾਸ਼ ਆਸਟ੍ਰੇਲੀਆ ਤੇ ਕਰਨ ਨਿਊਜ਼ੀਲੈਂਡ ਵੱਲੋਂ 500 ਹੈ। ਉੱਧਰ ਲਵ ਦੁਬਈ ਵਾਲਾ ਵੀਰ ਵੀ ਲਾਈਵ ਹੋਇਆ, ਉਹ ਵੀ ਆਨੰਦ ਮਾਣ ਰਿਹਾ, ਉਹਦਾ ਵੀ ਧੰਨਵਾਦ ਹੈ। ਬਹੁਤ ਸੋਹਣਾ ਮੈਚ ਖੇਡ ਦੇ ਮੈਦਾਨ ਦੇ ਵਿੱਚ ਚੱਲ ਰਿਹਾ ਹੈ, ਵੱਡੇ ਮਾਣ ਸਤਿਕਾਰ ਦਿੱਤੇ ਸਾਰੇ NRI ਭਰਾਵਾਂ ਦਾ, ਨਗਰ ਨਿਵਾਸੀਆਂ ਦਾ, ਇਲਾਕਾ ਨਿਵਾਸੀ ਸੰਗਤ ਦਾ ਵਿਸ਼ੇਸ਼ ਤੌਰ ਦੇ ਉੱਪਰ ਧੰਨਵਾਦ ਹੈ। ਔਰ ਸਭ ਸਾਬੇ ਨੇ 3 ਕੌਡੀਆਂ ਮੋੜ ਦਿੱਤੀਆਂ ਵੀਰ ਜੀ, 1100 ਵਾਲੀਆਂ, ਇਹ 1100 ਪੁੱਜਦਾ ਕਰਦੀ ਏ, ਇਹ ਨਹੀਂ ਬਲਕਰਨ ਸਿੰਘ ਜੀ, ਸਾਬੇ ਕੈਨੇਡਾ ਵੱਲੋਂ ਪੈਸੇ ਜਿਹੜੇ ਲੱਗੇ ਆ, ਡਾਕਟਰ ਰਾਜਵੀਰ ਗਿੱਲ ਸੀਮਟ ਸਟੋਰ ਤੇ ਰਾਜਵੀਰ ਮੈਂਬਰ ਸਾਹਿਬ ਤੇ ਜੁੜਾ ਨਿਊਜ਼ੀਲੈਂਡ, ਉਹਨਾਂ ਵੀਰਾਂ ਵੱਲੋਂ ਜਿਹੜਾ 1100 ਰੁਪਇਆ ਉਹ ਵੀ ਤੇਰੇ ਤੱਕ ਪੁੱਜਦਾ ਹੋ ਗਿਆ, ਦੇਤਾ ਓਕੇ ਆ। ਆਓ ਸਾਹਮਣੇ ਕਬੱਡੀ, ਆ ਬਿੱਲਾ 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 ਭੰਗਵਾਂ ਵਾਲਾ ਨੰਬਰ ਜੋੜ ਗਿਆ, ਕਰਨ ਜੋ ਨੰਗਲ ਦੀ ਧਰਤੀ ਦਾ ਟਰਾਈ ਕਰਦਾ ਹੈ। ਅਗਲੀ ਕਬੱਡੀ ਹਰਮਨ ਹੈ, ਨੰਗਲ ਦੀ ਧਰਤੀ ਦਾ ਵਧਿਆ ਹੋਇਆ, ਜੱਟ ਹਾਥੀ ਤੇ ਗੁੱਗੂਗਲ ਤਿੰਨੇ ਝੂਮ ਝੂਮ ਕੇ ਤੁਰਦੇ ਨੇ, ਸਾਹਮਣੇ ਚੂਲ ਚੂਲ ਕੇ ਕਬੱਡੀ ਪਾਉਂਦਾ ਜਿਵੇਂ ਰਾਵੀ ਵਗਦੀ ਹੋਵੇ, ਸਾਹਮਣੇ 4 ਜਾਫੀ ਨੇ, ਹਰਮਨ ਦੀ ਰੇਡ ਆ, ਗੋਪੀ ਟਰਾਈ ਕਰਦਾ ਪਰ ਹਰਮਨ ਨੰਗਲ ਵਾਲਾ ਵਾਟਾ ਵੱਢਦਾ ਤੁਰਿਆ ਆਉਂਦਾ, ਮਿੱਧਾ ਤੁਰਿਆ ਆਉਂਦਾ। ਹਰਮਨ ਨੰਗਲ ਦੀ ਧਰਤੀ ਦਾ ਨੰਬਰ USA ਵਾਸਤੇ ਜੋੜ ਗਿਆ ਸੰਤ ਬਾਬਾ ਹਜ਼ਾਰਾ ਸਿੰਘ ਜੀ ਕਬੱਡੀ ਕਲੱਬ USA, ਗੁਰਪ੍ਰੀਤ ਗੋਪੀ USA, ਬਹੁਤ ਵੱਡਾ ਮਾਣ ਕਰਦਾ ਬੱਬਰ ਸ਼ੇਰਾਂ ਤੇ, ਇਹ ਸੋਨੇ ਭਾਲੋ ਵਾਲੀ ਦੀ ਟੀਮ ਹੈ, ਮੁਬਾਰਕਾਂ ਨੇ ਸੁਣਿਆ ਬੱਬਰ ਸ਼ੇਰਾ, ਬਹੁਤ ਸੋਹਣਾ ਟੀਮ ਖੇਡ ਰਹੀ ਹੈ। ਦੂਜੇ ਪਾਸੇ ਬੌਲੀਆਂ ਦੇ ਬੱਬਰ ਸ਼ੇਰ ਨੇ, ਆ ਸ਼ੁਭ ਦੀ ਰੇਡ ਪਈ ਹੋਈ ਹੈ, ਬੁੱਢੇ ਥੇ ਵਾਲੇ ਦੀ
ਤੇ ਮਨ ਟਰਾਈ ਕਰਦਾ ਟਰਪੱਲਿਆਂ ਦਾ ਸੁੱਖਿਆ ਇਸ਼ਾਰੇ ਕੀ ਨੇ ਨੌਜਵਾਨਾਂ ਇਸ਼ਾਰਾ ਜਾਫੀ ਦੇ ਵੱਲ ਨੂੰ ਹੈ ਇਸ਼ਾਰਾ ਸੁੱਖੇ ਦਾ ਅੱਗ ਰੈਫਰੀ ਦੀ ਬਾਜ ਵਰਗੀ ਇਹ ਆ ਸੁੱਖਾ ਸਰਬ ਕੁੱਟੀ ਹੈ ਇਹਨਾਂ ਗੱਲਾਂ ਕਰਕੇ ਇਹਨਾਂ ਗੁਣਾਂ ਕਰਕੇ ਸੁੱਖਿਆ ਯੂਰਪ ਦਾ ਹਰ ਦੇਸ਼ ਘੁੰਮਾਇਆ ਹੈ ਇਹ ਮੇਰ ਹੈ ਪਰਮਾਤਮਾ ਦੀ ਹਰਪਾਲ ਸਿੰਘ ਪੰਨੂ ਦਾ ਪੁੱਤ ਦੁਨੀਆਂ ਦਾ ਇੱਕ ਬਹੁਤ ਵਧੀਆ ਪਹਿਰਾ ਹੈ ਅੱਜ ਸਾਥ ਦੇ ਰਹੇ ਨੇ ਦਿਲਬਾਗ ਸਿੰਘ ਜੀ ਘਰਿਆਲਾ ਦਿਲਬਾਗ ਸਿੰਘ ਜੀ ਘਰਿਆਲਾ ਤੇ ਨਾਲ ਸਾਡਾ ਵੀਰ ਹੈ ਖੇਡ ਗਰਾਊਂਡ ਦੇ ਵਿੱਚ ਸੰਦੀਪ ਬਤਾਲਾ ਜਤਿੰਦਰ ਉੱਠੀਆਂ ਦਿਲਬਾਗ ਘਰਿਆਲਾ ਜੀ ਸੁੱਖਾ ਸਰਬਕੋਟੀਆ ਕਹਿੰਦਾ ਹੁੰਦਾ ਹੈ ਭਾਵੇਂ ਸਾਰਾ ਯੂਰਪ ਘੁੰਮ ਲਿਆ ਪਰ ਦਿਲਬਾਗ ਘਰਿਆਲਾ ਜੀ ਤੋਂ ਬਹੁਤ ਬਰੀਕੀਆਂ ਸਿੱਖੀਆਂ ਹੈ ਇਹ ਮਾਣ ਹੈ ਤੇ ਨਾਲ ਡਾਕਟਰ ਹੋ ਗਈਆਂ ਨੇ ਜਿਹੜੀਆਂ ਪੈਸੇ ਲੱਗੇ ਸੀ ਹਰਮਨ ਦੇ ਸੋ ਹਰਮਨ ਦੀਆਂ ਹੋ ਗਈਆਂ ਕਿ ਨਹੀਂ ਇਹਦੇ ਦੋ ਹਰਮਨ ਕਹਿੰਦਾ ਤਿੰਨ ਦੋ ਜਾਂ ਕੋਈ ਗੱਲ ਨਹੀਂ ਹਰਮਨਾ ਉੱਥੇ ਸਾਹਮਣੇ ਭਲਵੜੀਆ ਸੋਨਾ ਕਹਿੰਦਾ ਮੈਂ ਤੇ ਪੋਟਿਆਂ ਤੇ ਗਿੜੀ ਜਾਂਦਾ ਉਹ ਮੈਚ ਬੜਾ ਸਿਰੇ ਦਾ ਹਰਮਨ ਕਹਿੰਦਾ ਇੱਕ ਹੋਰ ਪਾ ਦਿਆਂਗੇ ਸਾਨੂੰ ਸੋਨਾ ਖੁਸ਼ ਚਾਹੀਦਾ ਉਹ ਸਾਹਮਣੇ ਕਹਿੰਦਾ ਸੋਨਾ ਖੁਸ਼ ਚਾਹੀਦਾ ਜਿੰਨੀਆਂ ਕਹਿ ਪਾ ਦਿਆਂਗੇ ਉਹ ਵੇਖ ਸਾਹਬੇ ਮਾਣ ਰੱਖਿਆ ਅੱਜ ਕਈ ਮੈਚ ਛੱਡ ਕੇ ਲੱਖਣ ਕਹਿੰਦਾ ਮੁੰਡਾ ਖੇਡ ਮੈਦਾਨ ਦੇ ਵਿੱਚ ਸਭ ਆਇਆ ਹੋਇਆ ਉਹ ਗੋਪੀ ਖੇਡ ਦੇ ਮੈਦਾਨ ਦੇ ਵਿੱਚ ਹੁੰਦੀ ਹੋਈ ਬੱਲੇ ਬੱਲੇ ਇਹ ਉੱਡਦੀ ਹੋਈ ਤੂੜ ਕਿ ਉੱਡਦੀ ਤੂੜ ਦਿਸੇ ਸਿੰਘ ਸੂਰਮੇ ਨਜ਼ਰ ਨਹੀਂ ਆਉਂਦੇ ਬੱਲੇ 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 ਜਾਣ ਜਿੱਦਾਂ ਨੌਜਵਾਨਾਂ ਇਹ ਸਾਬਾ ਕੀੜੀ ਫਗਾਨਾ ਵਾਲਾ ਲੁੱਟਦਾ ਮੇਲਾ ਬੱਬਰ ਸ਼ੇਰ ਕਬੱਡੀਆਂ ਪਾਉਂਦਾ ਸਾਹਮਣੇ ਹਰਮਨ ਮਿਸ਼ਰਪੁਰ ਦੀ ਧਰਤੀ ਦਾ ਇਹ ਗੁਰਦਾਸਪੁਰੀਆ ਬੱਬਰ ਸ਼ੇਰ ਵਧਿਆ ਸਾਹਮਣੇ ਨੌਜਵਾਨ ਚਾਰ ਬੱਬਰ ਸ਼ੇਰ ਖੜੇ ਨੇ ਕਬੱਡੀ ਦੇ ਕੌਣ ਅੱਗੇ ਵੱਧ ਕੇ ਜੱਫਾ ਲਾਉਂਦਾ ਇੱਕ ਪਾਸੇ ਦੇਖਾਂਗੇ ਹੁਸੈਨ ਗੁੱਜਰ ਵਰਗੇ ਮਾਂਟਰ ਪੱਲਿਆਂ ਵਰਗੇ ਕਰਨ ਵਰਗੇ ਤਿਆਰ ਨੇ ਚਾਰੇ ਚੋਟੀ ਦੇ ਜਾਫੀ ਆਓ ਇੱਕ ਕੰਨੀ ਤੋਂ ਸ਼ਾਂਟ ਵੇਲੇ ਸਰੀਰ ਵਾਲਾ ਮੁੰਡਾ ਕਰਦਾ ਟਰਾਈ ਆਓ ਚੰਬੜ ਗਿਆ ਪਰ ਨੰਬਰ ਇਹ ਹੈਪੀ ਹੈ ਉਗਰ ਵਾਲੀ ਆ ਸੋਹਣੀ ਕੋਸ਼ਿਸ਼ ਕੀਤੀ ਆ ਉਧਰ ਰਸ਼ੀਨ ਗੁੱਜਰ ਇਹ ਵੱਡੇ ਮਾਣ ਦੇ ਗਿਆ ਨੌਜਵਾਨ ਹੁਸੈਨ ਗੁੱਜਰ ਦੇ ਲਈ ਰਸ਼ੀਨ ਗੁੱਜਰ ਇਹ ਮਾਣ ਕਰਦੇ ਆ ਆਹ ਸਾਹਮਣੇ ਹਜ਼ਾਰ ਵਾਲੀ ਲਾਸਟ ਆ ਇੱਥੇ ਨਿਬੇੜੇ ਹੋ ਜਿਹੜੇ ਸੋਨੇ ਇੱਥੇ ਨਿਬੇੜੇ ਹੋ ਜਿਹੜੇ ਆ ਇਹ ਮਨਵੀਰ ਸਾਡਾ ਵੀਰ ਆਸਟ੍ਰੇਲੀਆ ਤੇ ਆਕਾਸ਼ ਆਸਟ੍ਰੇਲੀਆ ਤੇ ਕਰਨ ਨਿਊਜ਼ੀਲੈਂਡ ਉਹਨਾਂ ਵੱਲੋਂ ਹਜ਼ਾਰ ਜਿਹੜਾ ਲੱਗਿਆ ਹੈ ਆਹ ਜਾਂ ਤੇ ਜਾਫੀ ਦਾ ਜਾਂ ਰੇਡਰ ਦਾ ਉਹ ਸਾਹਮਣੇ ਕਹਿੰਦੇ ਹਜ਼ਾਰ 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 ਉਹ ਸਾਹਮਣੇ ਦੋ ਨੋਟ ਉਹ ਪੰਜ ਪੰਜ ਸੌ ਦੇ ਆਹ ਸਾਹਮਣੇ ਹਰਮਨ ਹੈ ਨੰਗਲ ਵਾਲਾ ਅਗਲੀ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਕਿਹੜਾ ਗੱਭਰੂ ਨੌਜਵਾਨ ਪਾਵੇਗਾ ਬਿੱਲਾ ਆ ਗਿਆ ਭੰਗਵਾਂ ਵਾਲਾ ਬਿੱਲਾ ਭੰਗਵਾਂ ਦੀ ਧਰਤੀ ਦਾ ਵਧਿਆ ਹੋਇਆ ਕਬੱਡੀ ਪਾਉਣ ਲਈ ਸਾਹਮਣੇ ਦੇਖਾਂਗੇ ਕਿ ਆ ਕੌਣ ਬੱਬਰ ਸ਼ੇਰ ਕਬੱਡੀ ਦਾ ਇਹ ਹੁਸੈਨ ਗੁੱਜਰ ਹੁਸੈਨ ਗੁੱਜਰ ਤੇ ਬਿੱਲਾ ਆਹ ਟੱਕਰ ਬੱਬਰ ਸ਼ੇਰਾਂ ਦੀ ਆਹ ਖੜਕੇ ਵੇਖੂ ਕੁੱਲ ਜਮਾਨਾ ਉੜਦੀਆਂ ਧੂੜਾਂ ਮੇਰੇ ਪੰਜਾਬੀ ਵੀਰੋ ਪਰ ਬਿੱਲਾ ਭੰਗਵਾਂ ਵਾਲਾ ਨੰਬਰ ਜੋੜ ਗਿਆ ਬਿੱਲਾ ਭੰਗਵਾਂ ਦੀ ਧਰਤੀ ਦਾ ਪੁਆਇੰਟ ਆਪਣੀ ਟੀਮ ਦੇ ਵਾਸਤੇ ਜੋੜਦਾ ਹੋਇਆ ਤਾੜੀਆਂ ਮਾਰਦੇ ਜੋ ਸਵਾਦ ਆਉਂਦਾ ਫਾਈਨਲ ਖੇਡਿਆ ਜਾ ਰਿਹਾ ਭਾਲੋਵਾਲੀ ਦੇ ਕਬੱਡੀ ਕੱਪ ਦਾ ਬਾਬਾ ਬੁੱਢਾ ਸਾਹਿਬ ਜੀ ਦੀ ਯਾਦ ਅੰਦਰ ਕਬੱਡੀ ਕੱਪ ਖੇਡਿਆ ਜਾ ਰਿਹਾ ਸਾਹਮਣੇ ਪੰਮਾ ਮੈਸਮਪੁਰ ਦੀ ਧਰਤੀ ਦਾ ਖੇਡ ਪ੍ਰੇਮੀਆਂ ਦਾ ਵੱਡਾ ਧੰਨਵਾਦ ਹੈ ਦਰਸ਼ਕ ਵੀਰ ਜੁੜੇ ਹੋਏ ਨੇ ਕਬੱਡੀ ਦੇ ਨਾਲ ਪਿਆਰ ਕਰਦੇ ਕਬੱਡੀ ਨੂੰ ਸਾਹਮਣੇ ਪੰਮਾ 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 ਮੈਸਮਪੁਰੀਆ ਤੇ ਆਓ ਦੂਜੇ ਪਾਸੇ ਸੂਫੀਆਂ ਵਾਲਾ ਸੰਨੀ ਟਰਾਈ ਕਰਦਾ ਪਰ ਪੰਮਾ ਨੰਬਰ ਜੋੜ ਗਿਆ ਉਹ ਸੂਫੀਆਂ ਵਾਲਾ ਕਹਿੰਦੇ ਸੰਨੀ ਟਰਾਈ ਕਰਦਾ ਸੂਫੀਆਂ ਵਾਲਾ ਸੰਨੀ ਟਰਾਈ ਕਰਦਾ ਹੈ ਉਧਰ ਵੱਡਾ ਮੁਕਾਬਲਾ ਵੱਡਾ ਮੈਚ ਖੇਡ ਗਰਾਊਂਡ ਦੇ ਵਿੱਚ ਖੇਡਿਆ ਜਾ ਰਿਹਾ ਜੁਗਰਾਜ ਯੂਕੇ ਤੋਂ ਇੰਗਲੈਂਡ ਤੋਂ
ਲਾਈਵ ਜੁੜਿਆ ਹੋਇਆ ਹੈ, ਉਹਦੇ ਪਿਤਾ ਜੀ ਸਰਦਾਰ ਨਿਰਮਲ ਸਿੰਘ ਜੀ ਸਾਡੇ ਥਾਣੇਦਾਰ ਸਾਹਿਬ ਪੁੱਜੇ ਹੋਏ ਆ, ਅਤੇ ਧੰਨਵਾਦ ਹੈ ਨਾਲ ਉਹਦੇ ਮਾਮਾ ਜੀ ਸਤਨਾਮ ਸਿੰਘ ਜੀ ਠੱਠੇ ਵਾਲੇ, ਉਹ ਵੀ ਕੈਨੇਡਾ ਵਾਲੇ ਪੁੱਜੇ ਹੋਏ, ਧੰਨਵਾਦ ਹੈ। ਸਾਬਾ ਰੇਡ ਪਾਉਣ ਦੇ ਲਈ ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ, ਸਾਬੇ ਦੀ ਕੌਡੀ ਪੈਂਦੀ ਹਰਜੀਤ ਸਾਬੇ, ਆਓ ਸਾਹਮਣੇ ਸਾਬਾ ਕੀੜੀ ਫਗਾਨਾ ਵਾਲਾ ਕਬੱਡੀ 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 ਕਰਦਾ ਹੋਇਆ, ਆਓ ਦੂਜੇ ਪਾਸੇ ਲਾਲੀ ਹੈ ਕੈਰੋਂ ਵਾਲਾ ਸੰਨੀ ਸੂਫੀਆਂ ਵਾਲਾ ਟਰਾਈ ਕਰਦਾ, ਪਰ ਇਧਰਲੇ ਪਾਸੇ ਮੈਂ ਦੇਖਦਾ ਹੈ ਕਿ ਸਾਬਾ ਨੰਬਰ ਜੋੜ ਗਿਆ ਹੈ ਕਿ ਉੱਠ ਤੜਕੇ ਜਿਹੜੇ ਮਿਹਨਤਾਂ ਲਾਉਂਦੇ ਨੇ ਫਿਰ ਦੁਨੀਆਂ ਉੱਤੇ ਉਹ ਫਤਿਹ ਪਾਉਂਦੇ ਨੇ, ਫਿਰ ਦੁਨੀਆਂ ਉੱਤੇ ਉਹ ਜਿੱਤ ਪਾਉਂਦੇ ਨੇ ਜਿਹੜੇ ਉੱਥੇ ਤੜਕੇ ਮਿਹਨਤਾਂ ਲਾਉਂਦੇ ਨੇ। ਆਓ ਸਾਹਮਣੇ ਰੇਡ ਪਈ ਹੋਈ ਆ, ਇਹ ਹਰਮਨ ਮਿਸ਼ਰਪੁਰੀ ਆ ਕਿ ਕੰਮ ਰੇਡਰ ਦਾ ਰੇਡ ਪਾ ਦੇਣੀ, ਕੋਸ਼ਿਸ਼ ਕਰਨੀ ਨੰਬਰ ਲੈਣ ਦੀ ਜੀ। ਆਓ ਸਾਹਮਣੇ ਦੇਖਾਂਗੇ ਕੌਣ ਨੰਬਰ ਲੈਂਦਾ ਕਿ ਕੌਣ ਜੱਫਾ ਲਾਉਂਦਾ, ਰੇਡਰ ਦੇ ਲਈ ਭਾ ਜ਼ਰੂਰੀ, ਜਾਫੀ ਦੇ ਹੱਥ ਪੱਕੇ, ਉਹੀ ਜਾਫੀ ਮੰਨਿਆ ਜਾਵੇ ਜੋ ਉੜਦੀ ਰੇਡ ਨੂੰ ਨੱਪੇ, ਉਹੀ ਜਾਫੀ ਮੰਨਿਆ ਜਾਵੇ ਜੋ ਉੜਦੀ ਰੇਡ ਨੂੰ ਨੱਪੇ। ਪਰ ਇੱਧਰ ਹਰਮਨ ਨੰਬਰ ਜੋੜ ਗਿਆ, ਆਹ ਸਾਬਾ ਆ ਗਿਆ ਸ਼ਮਸ਼ੇਰ, ਸਾਬਾ ਕੀੜੀ ਅਫਗਾਨਾਂ ਦੀ ਧਰਤੀ ਦਾ, ਵੇਖ ਮੁੰਡੇ ਦਾ ਸਰੀਰ ਭੁੱਖ ਲੈਂਦੀ ਆ, ਸਰੀਰ ਦੇਖਿਆ ਐਨ ਕੱਲਾ ਕੱਲਾ ਮਸਲ ਪਿੰਡੇ ਦੇ ਬੋਲੀਆਂ ਪਾਉਂਦਾ, ਪਿੰਡੇ ਦੇ ਬੋਲੀਆਂ ਪਾਉਂਦਾ ਹੈ ਕਿ ਵੇਖਿਆ ਸਰੀਰ ਜਦੋਂ ਭੁੱਖ ਲੈਂਦੀ ਪੂਰੀ, ਲੱਗਦਾ ਜ਼ਰੂਰ ਇਹਨੇ ਚੁੰਗੀ ਹੋਊ ਪੂਰੀ, ਦੌੜ ਲਾਈ ਹੋ ਨਹਿਰ ਦੇ ਕਿਨਾਰੇ ਤੇ ਨਾਲੇ ਡੰਡ ਕੱਢੇ ਹੋਣਗੇ, ਖੇਡ ਦੇ ਮੈਦਾਨੇ ਯਾਰੋ ਗੱਭਰੂ ਨੇ ਲੱਗਦਾ ਝੰਡੇ ਕੱਢੇ ਹੋਣਗੇ। ਉੱਧਰ ਭਣੇਵਾ ਸਾਡਾ ਜੁਗਰਾਜ, ਉਹ ਵੀਰ ਸਾਡਾ ਜਿਹੜਾ ਹੈ ਉਹ ਲਾਈਵ ਜੁੜਿਆ ਹੋਇਆ ਇੰਗਲੈਂਡ ਤੋਂ, ਉਹਦੇ ਪਿਤਾ ਜੀ ਨਿਰਮਲ ਸਿੰਘ ਜੀ ਥਾਣੇਦਾਰ ਸਾਹਿਬ ਅਤੇ ਉਹਦੇ ਮਾਮਾ ਜੀ ਸਤਨਾਮ ਸਿੰਘ ਜੀ ਕੈਨੇਡਾ ਵਾਲੇ ਪੁੱਜੇ, ਧੰਨਵਾਦ ਹੈ। ਮੈਚ ਮੁੱਕ ਗਿਆ, ਮੈਚ ਮੁੱਕ ਗਿਆ, ਮੈਚ ਸਮਾਪਤ ਹੈ। ਅੱਜ ਰੌਣਕਾਂ ਭਾਲੋ ਵਾਲੀ, ਕੱਲ੍ਹ ਨੂੰ ਰਮਦਾਸ ਦੀ ਧਰਤੀ ਅਤੇ 24 ਨੂੰ ਪ੍ਰਾਚੇ ਪਿੰਡ। ਆ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ। ਉੱਧਰ ਸਾਬੇ ਦੇ ਲੱਖਣ ਕਹਿੰਦਾ ਵੱਡੇ ਮਾਣ ਕੀਤੇ ਆ, ਲਗਭਗ 5000 ਦੇ ਕਰੀਬ ਜਿਹੜਾ ਉਹ ਸਾਬੇ ਦੇ ਕੌਡੀਆਂ ਪਾ ਕੇ ਮਾਣ ਪ੍ਰਾਪਤ ਕੀਤੇ ਆ, ਵਿਸ਼ੇਸ਼ ਸਨਮਾਨ ਵੀ ਹੋਣਾ ਸਾਬੇ ਦਾ। ਸਾਰੀ ਸੰਗਤ ਦਾ ਧੰਨਵਾਦ, ਐਨ ਆਰ ਆਈ ਭਰਾਵਾਂ ਦਾ ਧੰਨਵਾਦ ਹੈ।